ਜ਼ਿੰਦਗੀ ਕੀ ਆਵੇ ਮੈਂ ਤਾਂ ਫਿੱਟ ਰਹੀ ਹਾਂ ਬਹੁਤ ਜ਼ਿਆਦਾ ਮੇਰੀ ਆਵਾਜ਼ ਆ ਰਹੀ ਸਭ ਓਕੇ ਤੂੰ ਕਹਿ ਰਿਹਾ ਮੇਰੇ ਕੋਲ ਮੇਰੀ ਤੇਰੀ ਆਵਾਜ਼ ਨਹੀਂ ਆ ਰਹੀ ਤੂੰ ਐਸੀ ਐਸੀ ਕਰੀ ਸੁਣਾ ਕੈਸੇ ਮੈਨੂੰ ਤੁਮਨੇ ਜੂਤੇ ਬੱਚੇ ਯਹਾਂ ਪੇ ਸਬਕਾ ਮੈਂ ਕਿਆ ਸਵਾਗਤ ਕਰਨੀ ਆ ਸਵਾਗਤ ਕਰੋ ਮੇਰੇ ਕੋਲ ਵੀ ਮੈਂ ਆਪ ਆ ਗਈ ਹੂੰ ਔਰ ਮੈਂ ਯਹਾਂ ਪੇ ਮੋਟਰਸਾਈਕਲ ਮੈਂ ਆਈ ਹੂੰ ਸ਼ਾਰਦਾ ਯੂਨੀਵਰਸਿਟੀ ਮੈਂ ਔਰ ਮੋਟਰਸਾਈਕਲ ਮੈਂ ਅੰਦਰ ਕਿ ਪੈਟਰੋਲ ਦਾ ਨਾ ਉਹ ਖਤਮ ਹੋ ਗਿਆ ਕਿਉਂਕਿ ਸਾਰਾ ਪੈਟਰੋਲ ਤਾਂ ਪੀ ਗਈ ਔਰ ਸਾਰਾ ਪੈਟਰੋਲ ਪੀਣੇ ਵਾਲੇ ਦੇ ਜੀ ਐਵਰੇਜ ਹੀ ਹੈ ਵਾਓ ਮੈਂ ਬਤਾ ਨਹੀਂ ਸਕਦੀ ਆਪਕੋ ਮੇਰੇ ਲਈ ਬਹੁਤ ਅੱਛੀ ਐਵਰੇਜ ਹੀ ਹੈ ਪ੍ਰੋਬਲਮ ਨਾ ਮੁਝੇ ਸੁਬਹ ਹੋ ਗਈ ਕੱਲ੍ਹ ਜਬ ਮੇਰਾ ਟਿਸ਼ੂ ਪੇਪਰ ਬਾਪ ਕਰਕੇ ਜਲ ਜਾਏਗਾ ਯਹਾਂ ਪੇ ਨਾ ਜਿਤਨੇ ਸਾਰੇ ਲੜਕੇ ਮੈਂ ਸੁਣਾ ਯਹਾਂ ਪੇ ਲੜਕੇ ਸੀਨੀਆਂ ਬਹੁਤ ਮਾਰ ਕੇ ਲੜਕੀ ਉਹ ਦੇਖ ਕੇ ਸ਼ਟਰ ਉਹ ਸੀਨੀ ਮਾਰ ਕੇ ਦੇਖੋ ਅਕੇਲੇ ਲੜਕੇ ਦੀ ਜਗ੍ਹਾ ਨਹੀਂ ਸ਼ਿਪਾ ਦਾ ਸ਼ੁਰੂ ਹੋਣੀ ਆ ਇਤਨੀ ਬਿਊਟੀਫੁਲ ਲੜਕੀ ਮੁਝੇ ਪਤਾ ਲੜਕੇ ਬਹੁਤ ਛੇੜਦੇ ਹੈ ਅਬ ਮੈਂ ਆ ਰਹੀ ਸੀ ਤੇ ਇੱਕ ਲੜਕੇ ਨੇ ਮੈਨੂੰ ਛੇੜਾ ਮੈਂ ਆਪਕੋ ਬਤਾ ਨਹੀਂ ਸਕਦੀ ਬਹੁਤ ਜ਼ਿਆਦਾ ਛੇੜਾ ਉਸਨੇ ਮੇਰੇ ਕੋ ਉਸਨੇ ਮੇਰੇ ਕੋ ਇਤਨਾ ਛੇੜਾ ਹੈ ਇਤਨਾ ਛੇੜਾ ਉਹ ਛੇੜਦਾ ਰਹਾ ਮੈਂ ਛੇੜਦੀ ਮੈਂ ਛੇੜਦੀ ਉਹ ਛੇੜਦਾ ਉਹ ਛੇੜਦਾ ਰਹਾ ਮੈਂ ਛੇੜਦੀ ਛੇੜਦੀ ਉਹ ਛੇੜਦਾ ਰਹਾ ਛੇੜਦਾ ਛੇੜਦੀ ਛੇੜਦੀ ਛੇੜਦਾ ਛੇੜਦੀ 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 ਪਤਾ ਕੀ ਆਵਾਜ਼ ਉਸਨੇ ਮੇਰੇ ਕੋ ਕਹਿਤਾ ਉਹਦੇ ਕੋਲ ਨਾ ਕੋਈ ਬਾਲ ਬਾਲ ਲੜਕ ਜਾ ਰਹੀ ਹੈ ਮੈਨੂੰ ਕਹਿੰਦਾ ਤੂੰ ਜਲਦਾ ਕਿਉਂ ਆਏ ਮੇਰੇ ਕੋ ਨਹੀਂ ਹੈ ਕੋ ਆਪਣੇ ਪੱਲ ਨੂੰ ਮੇਰੇ ਕਰੋ ਮੇਰੇ ਕੋ ਹੈ ਹੀ ਨਹੀਂ ਇਸ ਦੀ ਪ੍ਰੋਬਲਮ ਉਹ ਦੇਖੋ ਸਾਰੇ ਯਹਾਂ ਪੇ ਆ ਗਏ ਯਹਾਂ ਪੇ ਬੈਠੇ ਹੈ ਗੋਦੀ ਵੀ ਬੈਠੇ ਹੈ ਦੂਸਰੇ ਕੇ ਉੱਪਰ ਪਿੱਛੇ ਸਾਰੇ ਖੜੇ ਹੈ ਮੇਰੇ ਕੋ ਲੱਗਦਾ ਪਿੱਛੇ ਵਾਲੇ ਅਰੇ ਸਭ ਕੀ ਆਪੋ ਸੇ ਲਾਈਟਿੰਗ ਨਹੀਂ ਨਿਕਲ ਰਹੀ ਯਹਾਂ ਪੇ ਓ ਇਹ ਮੋਬਾਈਲ ਫੋਨ ਹੈ ਓਕ